ਵਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਰੋਪੜ ਪੁਲਿਸ ਦੇ ਵੱਲੋਂ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਬਿਨਾਂ ਮਾਸਕ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਦਾ ਚਲਾਨ ਕੀਤਾ ਜਾ ਰਿਹਾ ਹੈ ਅਤੇ ਮਿਲੀ ਜਾਣਕਾਰੀ ਅਨੁਸਾਰ ਰੋਪੜ ਦੇ ਵਿੱਚ ਦੁਪਹਿਰ ਤੱਕ 12 ਚਲਾਨ ਵੀ ਕੀਤੇ ਜਾ ਚੁੱਕੇ ਹਨ। ਯਾਨੀ ਪੁਲਿਸ ਇਸ ਮੁੱਦੇ ਨੂੰ ਲੈ ਕੇ ਹੁਣ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਆਓ ਤੁਹਾਨੂੰ ਦਿਖਾਉਂਦੇ ਆ ਪੂਰੀ ਰਿਪੋਰਟ। ਫੈਂਸਿੰਗ ਨੂੰ ਲੈ ਕੇ ਕੀ ਕਦਮ ਚੱਕੇ ਜਾ ਰਹੇ ਨੇ ਤੇ ਜਿਹੜੇ ਮਾਸਕ ਤੋਂ ਬਿਨਾਂ ਲੋਕੀ ਘੁੰਮ ਰਹੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਪਰ ਜਿਹੜੀ ਮਹਾਮਾਰੀ ਵੱਧ ਰਹੀ ਹੈ ਕੋਵਿਡ ਦੁਆਰਾ, ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਦੋ ਤੋਂ ਜ਼ਿਆਦਾ ਮੋਟਰਸਾਈਕਲ ਬੈਠੋ, ਕਾਰ ਦੇ ਵੀ ਜ਼ਿਆਦਾ ਵਰੀਆਂ ਖਾਓ, ਦੋ ਬੈਠੇ ਚਾਰ ਬੈਠੇ ਤੋਂ ਸਾਰੇ ਮਾਸਕ ਲੈ ਕੇ ਬੈਠੋ ਅਤੇ ਬਾਕੀ ਹੈਲਪਰ ਦੀ ਜਾਣ ਕਰ ਰਹੇ ਹਾਂ। ਉਹ ਜਿਹੜੇ ਵੀ ਟਰੈਫਿਕ ਟੇਬਲ ਨਹੀਂ ਹੋਣਾ ਕਰ ਰਹੇ, ਸਾਰੇ ਮਾਸਕ ਲੈ ਜਾ ਰਹੇ ਹਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਕੋਵਿਡ 19 ਦੀ ਅਗਰ ਤੁਹਾਨੂੰ 10 ਵਜੇ ਸਰਕਾਰ ਜਾਂ ਕਰਦਾ ਕਿ ਪੜ੍ਹਨਾ ਚਾਹੀਦਾ।